a South Asian Canadian channel. ਜਿਹੜਾ ਕਿਉਂਕਿ ਪੰਜਾਬ ਬਾਰਡਰ ਸਟੇਟ ਹੈ ਇਹਦੇ ਚ ਕਈ ਵਾਰ ਡਰੋਨਸ ਦਾ ਵੇਰਵਾ ਦੇ ਕੇ ਹਥਿਆਰਾਂ ਦਾ ਵੇਰਵਾ ਦੇ ਕੇ ਕਿਉਂਕਿ ਆਮ ਬੰਦਿਆਂ ਦੇ ਕੋਲ ਤਾਂ ਐਕਸੈਸ ਹੈ ਹੀ ਨਹੀਂ ਕਿ ਕੋਈ ਜਿਹੜੀਆਂ ਇੰਟੈਲੀਜੈਂਸ ਰਿਪੋਰਟ ਸਪੋਰਟ ਕਰਦੇ ਪਤਾ ਨਹੀਂ ਸੱਚੀਆਂ ਵਾ ਠੀਕ ਹੈ ਝੂਠੀਆਂ ਵਾ ਬਹੁਤ ਰੈਂਡਮਲੀ ਯੂਆਪਾ ਦਾ ਦੁਰਉਪਯੋਗ ਹੋਇਆ ਪਿਛਲੇ 10 ਸਾਲਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਵਿੱਚ 50 ਤੋਂ ਉੱਤੇ ਨੌਜਵਾਨ ਯੂਆਪਾ ਦੇ ਕਾਲੇ ਕਾਨੂੰਨ ਦੇ ਤਹਿਤ ਗ੍ਰਿਫਤਾਰ ਕੀਤੇ ਗਏ ਜਿਹੜੇ ਹੁਣ ਕਹਿੰਦੇ ਨੇ ਕਿ ਅਸੀਂ ਬੰਦੀ ਛੋੜਾ ਬੰਦੀ ਸਿੰਘਾਂ ਨੂੰ ਰਿਹਾ ਕਰਨਾ ਚਾਹੀਦਾ ਵਾ ਠੀਕ ਹੈ ਤੁਸੀਂ ਕਹਿ ਸਕਦੇ ਹੋ ਪਰ ਆਪਣੇ ਰਾਜ ਵਿੱਚ ਤੁਸੀਂ 10 ਸਾਲ ਇੰਨੇ ਲੋਕਾਂ ਨੂੰ ਵਿਕਟਮਾਈਜ਼ ਕੀਤਾ ਸਰਬੱਤ ਖਾਲਸਾ ਦੇ ਆਰਗੇਨਾਈਜ਼ਰਸ ਉਹਨਾਂ ਦੇ ਪਰਚੇ ਦਰਜ ਕਰਕੇ ਸਾਰੇ ਚੱਕ ਕੇ ਅੰਦਰ ਜੇਲ੍ਹਾਂ ਵਿੱਚ ਸੁੱਟ ਦਿੱਤੇ ਸੋ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਪਰ ਮੈਂ ਕਹਿਣਾ ਚਾਹੁੰਦਾ ਕਿ ਪਿਛਲੇ 10 ਸਾਲਾਂ ਵਿੱਚ ਪੰਜਾਬ 'ਚ ਯੂਆਪਾ ਦਾ ਦੁਰਉਪਯੋਗ ਬਹੁਤ ਹੋਇਆ ਪਿਛਲੀ ਕਾਂਗਰਸ ਸਰਕਾਰ ਵਿੱਚ ਵੀ ਮੈਂ ਅੱਛੀ ਤਰ੍ਹਾਂ ਮੈਨੂੰ ਯਾਦ ਹੈ ਸਮਾਣਾ ਪੁਲਿਸ ਸਟੇਸ਼ਨ ਸਦਰ ਉਹਦੀ ਐਫ ਆਈ ਆਰ ਨੰਬਰ ਸ਼ਾਇਦ ਮੈਨੂੰ ਹੁਣ ਭੁੱਲ ਰਹੀ 141 ਜਾਂ 141 ਉਹਦੇ 'ਚ 5 ਨੌਜਵਾਨਾਂ ਨੂੰ ਯੂਆਪਾ 'ਚ ਉੱਥੋਂ ਦੀ ਸਦਰ ਪੁਲਿਸ ਸਟੇਸ਼ਨ ਨੇ ਇੱਕ ਨਾਕੇ 'ਤੇ ਗ੍ਰਿਫਤਾਰ ਕੀਤਾ ਦਿਖਾਇਆ ਸਿਰਫ ਨਾਕੇ 'ਤੇ ਜਦਕਿ ਅਸਲੀਅਤ ਇਹ ਸੀ ਜਦੋਂ ਮੈਨੂੰ ਕਾਲ ਆਈ ਕਿਉਂਕਿ ਮੇਰੀ ਕੌਂਸਟੀਚੁਐਂਸੀ 'ਤੇ ਇੱਕ ਜੋਗਿੰਦਰ ਸਿੰਘ ਗੁੱਜਰ ਨਾਮੀ ਵਿਅਕਤੀ ਨੂੰ ਯੂਆਪਾ 'ਚ ਗ੍ਰਿਫਤਾਰ ਕੀਤਾ ਗਿਆ ਸੀਗਾ ਔਰ ਉਹਦੇ 'ਤੇ ਸਵਾਏ ਲਿਟਰੇਚਰ ਤੋਂ ਸਵਾਏ ਫੋਟੋਆਂ ਤੋਂ ਉਹਦੇ ਖਿਲਾਫ਼ ਕੋਈ ਇਲਜ਼ਾਮ ਨਹੀਂ ਸੀਗਾ ਸਿਰਫ ਫੋਟੋਆਂ ਦੇ ਆਧਾਰ 'ਤੇ ਹੀ ਕਮ ਫਰੋਮ ਇਟਲੀ ਅਤੇ ਉਹਨੂੰ ਆਣ ਕੇ ਗ੍ਰਿਫਤਾਰ ਕਰਕੇ ਯੂਆਪਾ ਚੱਕਤਾ ਬਟ ਐਨੀਵੇਜ਼ ਉਸ ਵਕਤ ਦੇ ਐਸ ਐਸ ਪੀ ਸਤਿੰਦਰ ਸਿੰਘ ਵਾਜ ਫੇਅਰ ਇਨਫ ਕਿ ਉਹਨਾਂ ਨੇ ਇਨਕੁਆਇਰੀ ਕਰਕੇ ਅਤੇ ਉਹ ਜਿਹੜਾ ਯੂਆਪਾ ਦਾ ਕੇਸ ਸੀਗਾ ਉਹਦੇ 'ਚੋਂ ਉਸ ਨੂੰ ਰਾਹਤ ਮਿਲੀ ਹੈ ਜਦੋਂ ਮੈਨੂੰ ਉੱਥੇ ਲੱਗਿਆ ਪਤਾ ਕਿ ਇੱਦਾਂ ਬਾਹਰੋਂ ਆਏ ਵਿਅਕਤੀ ਨੂੰ ਸਿਰਫ ਫੋਟੋਆਂ ਅਤੇ ਲਿਟਰੇਚਰ ਦੇ ਆਧਾਰ 'ਤੇ ਯੂਆਪਾ ਦਾ ਕਾਨੂੰਨ ਲਾਤਾ ਦੈਨ ਮੈਨੂੰ ਪਟਿਆਲੇ ਵਾਲੀ ਐਫ ਆਈ ਆਰ ਮੈਂ ਅਤੇ ਡਾਕਟਰ ਗਾਂਧੀ ਜਿਹੜੇ ਮੈਂਬਰ ਪਾਰਲੀਮੈਂਟ ਸੀਗੇ ਅਸੀਂ ਮੌਕੇ 'ਤੇ ਸਪੋਟ ਵਿਜ਼ਿਟ ਕੀਤੀ ਸੇਰਾ ਪਿੰਡ ਇੱਕ ਰਾਜਪੁਰੇ ਦਾ ਇੱਕ ਅਚਾਨਕ ਪਿੰਡ ਹੈ ਮਾਨਸਾ ਦਾ ਇੱਕ ਨੌਜਵਾਨ ਲਵਪ੍ਰੀਤ ਸਿੰਘ ਸੀਗਾ ਕੈਥਲ ਪਿੰਡ ਦਾ ਉਸ ਪਿੰਡ ਦਾ ਮੈਂ ਨਾਮ ਭੁੱਲ ਰਿਹਾ ਬਿਲਕੁਲ ਹਰਿਆਣੇ ਦੇ ਬਾਰਡਰ 'ਤੇ ਸੀਗਾ ਸਮਾਣੇ ਦੇ ਬਿਲਕੁਲ ਨਾਲ ਹੀ ਇੱਕ ਮੁੰਡਾ ਸੀ ਮਜੀਠੇ ਦਾ ਅਤੇ ਇੱਕ ਮੁੰਡਾ ਸੀਗਾ ਨਵਾਂ ਸ਼ਹਿਰ ਦਾ ਅਸੀਂ ਜਦੋਂ ਇਹਨਾਂ ਦੇ ਘਰਾਂ ਵਿੱਚ ਜਾ ਕੇ ਦੇਖਿਆ ਇਹ ਅੱਤ ਦੇ ਗਰੀਬ ਲੋਕ ਸੀਗੇ ਜਿਹੜਾ ਸੇਰਾ ਪਿੰਡ ਦਾ ਨੌਜਵਾਨ ਸੀਗਾ ਉਹ ਇੱਕ ਕੰਬਾਈਨ 'ਤੇ ਕੰਬਾਈਨ ਹਾਰਵੈਸਟਰ 'ਤੇ ਦਿਹਾੜੀਆਂ ਕਰਦਾ ਸੀਗਾ ਪਿੰਡ ਵਾਲਿਆਂ ਨੇ ਪੰਚਾਇਤ ਦੇ ਸਰਪੰਚ ਹਲੇ ਵੀ ਮੇਰੀ ਗੱਲ ਸੁਣਦਾ ਦੇਖਦਾ ਹੀ ਹੋਣਾ ਪਿੰਡ ਵਾਲਿਆਂ ਨੇ ਕਿਹਾ ਸੀ ਪਿੰਡ ਗਏ ਮੌਕੇ 'ਤੇ ਉਹਨੇ ਕਿਹਾ ਜੀ ਸਾਡੀ ਹਾਜ਼ਰੀ 'ਚ ਪਟਿਆਲਾ ਸਦਰ ਦੀ ਪੁਲਿਸ ਸਟੇਸ਼ਨ ਲੈ ਕੇ ਗਈ ਕਿ ਸਾਨੂੰ ਨੌਜਵਾਨ ਚਾਹੀਦਾ ਸੀ ਤਾਂ ਪੁੱਛਗਿੱਛ ਕਰਨੀ ਹੈ ਅਤੇ 3 ਦਿਨ ਬਾਅਦ ਪੜਿਆ ਕਿ ਉਹਦੀ ਗ੍ਰਿਫਤਾਰੀ ਕਿਸੇ ਨਾਕੇ ਤੋਂ ਦਿਖਾ ਦਿੱਤੀ ਸੇਮ ਉਸ ਦੇ ਕੇਸ ਵਿੱਚ ਅਚਾਨਕ ਪੋਏ ਜਿਹੜਾ ਅਚਾਨਕ ਦਾ ਮੁੰਡਾ ਸੀਗਾ ਉਹ ਤਾਂ ਇੰਨਾ ਗਰੀਬ ਜਿਹਾ ਸੀਗਾ ਦਿਹਾੜੀਦਾਰ ਉਹ ਪਿੰਡ ਨੇ ਉਹ ਸਿਗਰਟਾਂ ਵੀ ਪੀਂਦਾ ਸੀਗਾ ਸਿਗਰਟਾਂ ਪੀਣ ਵਾਲਾ ਇੱਕ ਗਰੀਬ ਦਿਹਾੜੀਦਾਰ ਕਿੱਥੋਂ ਖਾਲਿਸਤਾਨ ਦਾ ਮੋਡੀਊਲ ਹੋ ਸਕਦਾ ਯੂਆਪਾ ਲਾ ਦਿੱਤੀ ਉਹਦੇ 'ਤੇ ਵੀ ਇਸੇ ਤਰ੍ਹਾਂ ਹੀ ਮਜੀਠੇ ਵਾਲਾ ਅਤੇ ਇਸੇ ਤਰ੍ਹਾਂ ਨਵਾਂ ਸ਼ਹਿਰ ਆ ਅਤੇ ਜਿਹੜਾ ਲਵਪ੍ਰੀਤ ਸੀਗਾ ਉਹਦੇ 'ਤੇ ਡਬਲ ਯੂਆਪਾ ਸੀ ਇੱਕ ਯੂਆਪਾ ਦਿੱਲੀ ਪੁਲਿਸ ਨੇ ਲਾਈ ਸੀਗੀ ਅਤੇ ਇੱਕ ਯੂਆਪਾ ਸਦਰ ਪੁਲਿਸ ਸਟੇਸ਼ਨ ਨੇ ਇੱਥੇ ਲਾ ਦਿੱਤੀ ਸੀ ਖੈਰ ਅਸੀਂ ਉਹਦੇ 'ਚ ਐਫਰਟ ਕਰਕੇ ਵੀ ਮੈਨੇਜ ਟੂ ਪੁੱਟ ਇਨ ਸਮ ਲੋਇਰਸ ਉਹਨਾਂ ਗਰੀਬਾਂ ਦੀ ਦੇਖੋ ਜਮਾਨਤ ਦੇਣ ਵਾਲਾ ਵਕੀਲ ਵੀ ਖੜਾ ਨਹੀਂ ਹੋ ਸਕਦਾ ਸੀਗਾ ਅਸੀਂ ਉਹਨਾਂ ਨੂੰ ਆਪਣੀ ਉਸ ਜੇਲ੍ਹ 'ਚੋਂ ਮੈਂ ਕਢਵਾਇਆ ਤਾਜ਼ੇ ਹਾਲਾਤਾਂ 'ਚ ਤੁਸੀਂ ਦੇਖੋ ਪੰਜਾਬ ਪੁਲਿਸ ਦੀ ਵਰਕਿੰਗ ਦੇਖੋ ਕਿ ਇੱਕ ਪਾਸੇ ਪੰਜਾਬ ਲਾਅ ਐਂਡ ਆਰਡਰ ਕ੍ਰਾਈਸਿਸ 'ਚ ਹੈ 60 ਦੇ ਕਰੀਬ ਪੰਜਾਬ ਦੇ ਵਿੱਚ ਕਤਲ ਹੋ ਗਏ ਨੇ ਅਤੇ ਸਾਡੀ ਪੁਲਿਸ ਬੱਗੇ ਨੂੰ ਚੱਕਣ ਗਈ ਹੋਈ ਆ ਦਿੱਲੀ ਜਿਹੜਾ ਕਿ ਸਰਾਸਰ ਬੇਲੋੜਾ ਵੇਸਟ ਆਫ ਪੁਲਿਸ ਐਨਰਜੀ ਔਰ ਪੁਲਿਸ ਵਾਲਿਆਂ ਦੇ ਦਿੱਲੀ ਵਾਲਿਆਂ ਨੇ ਕਿਡਨੈਪਿੰਗ ਅਤੇ ਅਬਡਕਸ਼ਨ ਦੇ ਐਫ ਆਈ ਆਰ ਦਰਜ ਕਰਤੀ ਉਹਨਾਂ ਦਾ ਖੇੜਾ ਨਹੀਂ ਛੁੱਟਣਾ ਉਹਨਾਂ ਪੁਲਿਸ ਆਫਿਸਰ ਦਾ ਕਰੀਅਰ ਖਰਾਬ ਕਰਾਇਆ ਵਾ ਇਹਦੇ ਕਰਕੇ ਇੱਕ ਕੇਜਰੀਵਾਲ ਦੀ ਹੋਮੇ ਨੂੰ ਪੱਠੇ ਪਾਉਣੇ ਸੀਗੇ ਕਿ ਕੇਜਰੀਵਾਲ ਦੇ ਖਿਲਾਫ ਬੱਗਾ ਬੋਲ ਰਿਹਾ ਸੀ ਅਲਕਾ ਲਾਂਬਾ ਬੋਲ ਰਹੀ ਸੀ ਕੁਮਾਰ ਵਿਸ਼ਵਾਸ ਬੋਲ ਰਿਹਾ ਦਿੱਲੀ ਦੇ ਰਹਿਣ ਵਾਲੇ ਬੋਲਣ ਵਾਲੇ ਦਿੱਲੀ ਦਾ ਉਹ ਮੁੱਖ ਮੰਤਰੀ ਅਤੇ ਕੀ ਇਹਦੇ ਨਾਲ ਬੈਟਰ ਨਹੀਂ ਸੀ ਕਿ ਇੰਸਟੈਡ ਆਫ ਮਿਸਯੂਜ਼ਿੰਗ ਪੰਜਾਬ ਪੁਲਿਸ ਫੋਰ ਪਰਸਨਲ ਐਂਡਸ ਕੇਜਰੀਵਾਲ ਸ਼ੁੱਡ ਹੈਵ ਲੌਜਡ ਅ ਕੰਪਲੇਂਟ ਵਿਦ ਦ ਸਾਈਬਰ ਪੁਲਿਸ ਇਨ ਡੈਲੀ ਹੀ ਕੁੱਡ ਹੈਵ ਲੌਜਡ ਅ ਕ੍ਰਿਮੀਨਲ ਕੰਪਲੇਂਟ ਵਿਦ ਦ ਲੋਕਲ ਕੋਰਟਸ ਇਨ ਡੈਲੀ ਹੀ ਕੁੱਡ ਹੈਵ ਅਪਰੋਚ ਦੀ ਆਨਰੇਬਲ ਹਾਈ ਕੋਰਟ ਆਫ ਡੈਲੀ ਹੀ ਕੁੱਡ ਹੈਵ ਗੋਨ ਟੂ ਦ ਸੁਪਰੀਮ ਕੋਰਟ ਆਫ ਇੰਡੀਆ ਉਹ ਸਾਰਾ ਕੁਝ ਛੱਡ ਕੇ ਪੰਜਾਬ ਦੀ ਪੁਲਿਸ ਨੂੰ ਕਹਿ ਕੇ ਕਿ ਮੈਂ ਇਹ ਲੋਕ ਮੇਰੇ ਖਿਲਾਫ਼ ਬੋਲਦੇ ਸੀ ਸਿਰਫ ਸੋਸ਼ਲ ਮੀਡੀਆ ਦੇ ਬੋਲਣ ਦੇ ਨਾਲ ਹੀ ਸਿਰਫ ਬੋਲਣ ਦੇ ਕਾਰਨ ਉਹਨਾਂ ਤੇ ਕ੍ਰਿਮੀਨਲ ਕੇਸਿਸ ਸਲੈਪ ਕਰਕੇ ਤੇ ਪੁਲਿਸ ਦਗੜ ਦਗੜ ਕਰਦੀ ਉੱਥੇ ਪਹੁੰਚ ਗਈ ਬੱਗੇ 'ਚ ਔਰ ਸਾਡੇ ਸਾਰਿਆਂ ਦੀ ਪੰਜਾਬ ਦੀ ਬੇਇੱਜ਼ਤੀ ਕਰਾਈ ਪੁਲਿਸ ਤੇ ਪਰਚਾ ਕਰਾਇਆ ਆਪਣੀ ਬੇਇੱਜ਼ਤੀ ਕਰਾਈ ਵਿੱਚ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਜਿਹੜਾ ਉਹਨੂੰ ਸੰਭਾਲ ਨਹੀਂ ਸਕ ਰਹੇ ਇੱਕ ਹੁਣੇ ਤਾਜ਼ਾ ਮਾਮਲਾ ਰਾਜਸਥਾਨ 'ਚ ਹੋਇਆ ਵਾ ਹੁਸ਼ਿਆਰਪੁਰ ਪੁਲਿਸ ਨੇ ਕੋਟੇ ਜਾ ਕੇ ਅਤੇ ਇੱਕ ਨੌਜਵਾਨ ਨੂੰ ਚੱਕਦੇ ਨੇ ਉੱਥੋਂ 2 ਦਿਨ ਸ਼ਾਇਦ ਉਹਨੂੰ ਉੱਥੇ ਘੁਮਾਉਂਦੇ ਨੇ ਕੋਟਾ 'ਚ ਸਾਰੇ ਹੋਟੇਲ ਦੀ ਸੀਸੀਟੀਵੀ ਫੁਟੇਜ ਆ ਜਾਂਦੀ ਹੈ ਔਰ ਜਿਹੜੇ ਜਿਹੜੇ ਢਾਬਿਆਂ 'ਤੇ ਖਾਣਾ ਖਾ ਕੇ ਜਦੋਂ ਪੰਜਾਬ ਲੈ ਕੇ ਆ ਰਹੇ ਉਹ ਫੁਟੇਜ ਆ ਜਾਂਦੀ ਹੈ ਜਿੰਨੇ ਟੋਲ ਪਲਾਜ਼ਾ 'ਚ ਹੋਣਗੇ ਉਹਦੀ ਫੁਟੇਜ ਆ ਜਾਂਦੀ ਹੈ ਅਤੇ ਮੁੜ ਕੇ ਹੁਸ਼ਿਆਰਪੁਰ ਦਿਖਾ ਦਿੰਦੇ ਕਿ ਹੁਸ਼ਿਆਰਪੁਰ ਦੇ ਫਲਾਨੇ ਨਾਕੇ ਤੋਂ ਇਸ ਹਰਨੂਰ ਸਿੰਘ ਦੀ ਅਸੀਂ ਗ੍ਰਿਫਤਾਰੀ ਕੀਤੀ ਹੈ ਪਤਾ ਨਹੀਂ ਕਿੰਨਾ ਐਨ ਡੀ ਪੀ ਐਸ ਦਾ ਮਾਲ ਮਿਲਿਆ ਵਾ
ਉਹਦੇ ਪੇਰੈਂਟਸ ਨੇ ਆਣ ਕੇ ਹੈਬੀਅਸ ਕਾਰਪਸ ਫਾਈਲ ਪਹਿਲਾਂ ਦਾ ਪਰਚਾ ਉੱਥੇ ਦਰਜ ਕਰਾਇਆ ਪੰਜਾਬ ਪੁਲਿਸ ਵਾਲਿਆਂ ਦੇ ਉੱਤੇ ਉਹਨਾਂ ਦੇ ਵੀ ਐਫ ਆਈ ਆਰ ਦਰਜ ਹੁਸ਼ਿਆਰਪੁਰ ਪੁਲਿਸ ਤੇ ਤੇ ਹਾਈ ਕੋਰਟ ਨੇ ਸਾਰੀਆਂ ਪ੍ਰੋਸੀਡਿੰਗ ਐਨ ਟੀ ਪੀ ਐਸ ਕੋਰਟ ਦੀਆਂ 20 ਦਿਨਾਂ ਚਲਾਨ ਪੇਸ਼ ਕਰਤਾ ਸੋ ਵਾਟ ਆਈ ਵਾਂਟ ਟੂ ਸੇ ਇਜ਼ ਕਿ ਸਾਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਪੰਜਾਬ ਤਾਂ ਹਮੇਸ਼ਾ ਦੇਸ਼ ਦੀ ਲੜਾਈ ਵਿੱਚ ਸਭ ਤੋਂ ਅੱਗੇ ਰਿਹਾ ਵਾ ਤੇ ਵਾਏ ਪੰਜਾਬ ਦੇ ਨੌਜਵਾਨਾਂ ਨੂੰ ਹਮੇਸ਼ਾ ਕਿਉਂ ਪਹਿਲਾਂ ਟਾਰਗੇਟ ਤੇ ਲਿਆਂਦਾ ਜਾਂਦਾ ਵਾ ਇਹਨਾਂ ਸਾਰੇ ਜਿਹੜੇ ਮਸਲੇ ਹੋਏ ਨੇ ਖਾਸ ਤੌਰ ਤੇ ਦੋ ਜਿਹੜੇ ਮਸਲੇ ਇਹਦੇ ਤੇ ਅਸਲ ਵਿੱਚ ਪੰਜਾਬ ਸਰਕਾਰ ਨੂੰ ਪ੍ਰੋਪਰ ਵਾਈਟ ਪੇਪਰ ਜਾਰੀ ਕਰਨਾ ਚਾਹੀਦਾ ਵਾ ਇਹ ਨਹੀਂ ਕਿ ਸਾਨੂੰ ਖੁਫੀਆ ਸੋਰਸਿਸ ਤੋਂ ਇਤਲਾਹ ਮਿਲੀ ਤੁਹਾਨੂੰ ਸਾਰੇ ਖੁਫੀਆ ਸੋਰਸ ਦਾ ਪਤਾ ਨਾ ਕਿ ਕਿਹੜੀਆਂ ਖੁਫੀਆ ਸੋਰਸਿਸ ਹੁੰਦੇ ਨੇ ਹਾਂ ਹੁਣ ਸਿਕਿਉਰਿਟੀ ਦਾ ਇਸ਼ੂ ਆਮ ਜਸਟ ਥੋੜ੍ਹਾ ਸਾਈਡ ਤੇ ਹੋ ਰਿਹਾ ਪਰ ਮੈਂ ਤੁਹਾਨੂੰ ਵਰਕਿੰਗ ਦੱਸਣ ਲੱਗਿਆ ਹੁਣ ਸਾਰੇ ਵੱਡੇ ਵੱਡੇ ਸਾਬਕਾ ਚੀਫ ਮਿਨਿਸਟਰ ਮਿਨਿਸਟਰ ਤੇ ਐਮ ਐਲ ਏ ਦੀ ਸਿਕਿਉਰਿਟੀਆਂ ਘਟਾਈਆਂ ਉਹਨਾਂ ਨੇ ਠੀਕ ਹੈ ਘਟਾਈਆਂ ਸਾਨੂੰ ਕੋਈ ਇਤਰਾਜ਼ ਸੀਗਾ ਅਗਰ ਤੁਸੀਂ ਸਮਝਦੇ ਕਿ ਬੇਲੋੜੀਆਂ ਨੇ ਤੇ ਤੁਸੀਂ ਸਿਕਿਉਰਿਟੀ ਘਟਾਈ ਆ ਅਸੀਂ ਤੁਹਾਡੀ ਗੱਲ ਦਾ ਸਭ ਅਸੀਂ ਸਵਾਗਤ ਕਰਦੇ ਪਰ ਭਗਵੰਤ ਮਾਨ ਦੀ ਭੈਣ ਨੂੰ ਸਿਕਿਉਰਿਟੀ ਦੇਣ ਦਾ ਕੀ ਰਾਈਟ ਹੈ ਜੀ ਦੋ ਜਿਪਸੀਆਂ ਪਤਾ ਨਹੀਂ ਕਿੰਨੇ ਗਨਮੈਨ ਤੇ ਜਦੋਂ ਪੱਤਰਕਾਰਾਂ ਨੇ ਤੁਹਾਡੇ ਚੋਂ ਕਿਸੇ ਇੱਕ ਮਿਨਿਸਟਰ ਨੂੰ ਪੁੱਛਿਆ ਕਿ ਉਹਨਾਂ ਨੂੰ ਤੁਸੀਂ ਸਿਕਿਉਰਿਟੀ ਕੋਈ ਦਿੱਤੀ ਹੈ ਉਹ ਕਹਿੰਦੇ ਜੀ ਪੰਜਾਬ ਪੁਲਿਸ ਦੀ ਥ੍ਰੈਟ ਪਰਸੈਪਸ਼ਨ ਦੇ ਕਰਕੇ ਦਿੱਤੀ ਹੈ ਜਦੋਂ ਕਾਂਗਰਸ ਦੀ ਅਕਾਲੀ ਦਲ ਦੀ ਸਰਕਾਰ ਥ੍ਰੈਟ ਪਰਸੈਪਸ਼ਨ ਬਣਾਉਂਦੀ ਹੈ ਉਦੋਂ ਉਹ ਗਲਤ ਨੇ ਹੁਣ ਭਗਵੰਤ ਮਾਨ ਦੀ ਸਿਸਟਰ ਨੂੰ ਭੈਣ ਨੂੰ ਸਿਕਿਉਰਿਟੀ ਦੇਣ ਦੀ ਖਾਤਰ ਥ੍ਰੈਟ ਪਰਸੈਪਸ਼ਨ ਵੀ ਠੀਕ ਹੋ ਗਈ ਹੈ ਹੁਣ ਤੁਹਾਡੇ ਚ ਮੈਂ ਕਹਿਣਾ ਇਹ ਚਾਹੁੰਦਾ ਵਾਂ ਕਿ ਜਿਹੜੀ ਪੰਜਾਬ ਦੀ ਪੁਲਿਸ ਹੈ ਇਹਦੀ ਇੰਟੈਲੀਜੈਂਸ ਵਿੰਗ ਹੈ ਇਹਦੇ ਇਹਦਾ ਕੰਨ ਮਰੋੜ ਕੇ ਜੋ ਮਰਜ਼ੀ ਥ੍ਰੈਟ ਪਰਸੈਪਸ਼ਨ ਲਿਖਾ ਲਓ ਅੱਜ ਲਿਖਾ ਲਓ ਕਿ ਜ਼ੈਡ ਪਲੱਸ ਸਿਕਿਉਰਿਟੀ ਚਾਹੀਦੀ ਆ ਫਲਾਣੇ ਦੇ ਪਰਿਵਾਰ ਨੂੰ ਲਿਖ ਕੇ ਦੇ ਦੇਣਗੇ ਦਿਸ ਇਜ਼ ਨਾਟ ਏ ਫੇਅਰ ਐਂਡ ਏ ਇੰਪਾਰਸ਼ਲ ਵੇ ਆਫ ਵਰਕਿੰਗ ਫੋਰ ਦਾ ਪੁਲਿਸ ਇਹ ਸਿਰਫ ਤੁਹਾਨੂੰ ਇੱਕ ਉਦਾਹਰਣ ਦਿੱਤਾ ਇਦਾਂ ਹੀ ਇਹ ਸਾਰੀਆਂ ਇੰਟੈਲੀਜੈਂਸ ਦੀਆਂ ਇਨਪੁਟਸ ਆਉਂਦੀਆਂ ਨੇ A South Asian Canadian channel.